ਸਵਾਗਤ ਹੈ ਨਾਲੇ YouTube ਚੈਨਲ ਤੇ ਉਹ ਮਾੜਾ ਜਿਹਾ ਸਬਸਕ੍ਰਾਈਬ ਕਰ ਲਿਆ ਕਰੋ ਵਿਊ ਤਾਂ ਵਾਧੂ ਆਈ ਜਾਂਦੇ ਆ ਮੂੰਹ ਕਾਲਾ ਰਿਹਾ ਹਾਂ ਠੀਕ 2000 ਵਿਊ ਆ ਜਾਂਦੇ ਆ ਸਬਸਕ੍ਰਾਈਬਰ ਸਾਰਾ 100 ਆ ਸਬਸਕ੍ਰਾਈਬਰ ਮੇਰੇ ਵੀਰ ਐ ਦੱਬ ਕੇ ਕਰੋ ਜਿਹੜਾ ਜਿਹੜਾ ਬਲੌਗ ਦੇਖਦਾ ਸਬਸਕ੍ਰਾਈਬ ਜ਼ਰੂਰ ਕਰੋ ਜ਼ਰੂਰ ਕਰੋ ਸਹੀ ਗੱਲ ਬਣੂਗੀ ਹੱਥ ਕਰਾਵਾਂਗੇ ਕੈਮਰਾ ਮੈਨ ਵੀ ਦਿਖਾ ਦਈ ਯਾਰ ਚੱਪਲਾਂ ਪਾ ਲੈਂਦੇ ਪੂਲ ਚੈੱਕ ਕਰੋ ਜੀ ਪੂਲ ਬਾਈਕ ਲਓ ਜੀ ਠੀਕ ਹੈ ਆਹ ਵੀ ਮਿੱਤਰ ਆਪਣਾ ਪੂਲ ਆ ਹਾਂ ਰੋਜ਼ ਸ਼ਾਮ ਨੂੰ ਜੀ ਜਿੱਲ ਹੁੰਦਾ ਕੁਛ ਉਹਦੇ ਬਾਰੇ ਦੱਸੋ ਕੀ ਪ੍ਰੋਗਰੈਸ ਕੀਤਾ ਤੁਸੀਂ ਇਹ ਪਤਾ ਹੀ ਆ ਸਾਰਿਆਂ ਨੂੰ ਬਲੌਗ 'ਚ ਦੇਖਿਆ ਪਹਿਲਾਂ ਵੀ ਮੈਂ ਟੈਲਾਂ ਟੂਲਾਂ ਲਾਈਆਂ ਪਰ ਜਾਲਾ ਬਹੁਤ ਲੱਗ ਜਾਂਦਾ ਧੁੱਪ ਬਹੁਤ ਪਚਦੀ ਜੀ ਮੇਰੇ ਨਾ ਲਓ ਜੀ ਅੱਜ ਚੱਲੇ ਹਾਂ ਟੈਰਾਂ 'ਚੋਂ ਪਾਣੀ ਕਢਾਉਣ ਕਹਿੰਦੇ ਕਸਾਈ ਬਹੁਤ ਹੋ ਰਹੀ ਆ ਸੱਚੀ ਗੱਲ ਆ ਕਿ ਕਿੱਦਾਂ ਕਸਾਈ ਤੇ ਰੋਡ 'ਤੇ ਬਹੁਤ ਹੁੰਦੀ ਆ ਵੇਟ ਬਹੁਤ ਆ ਮਗਰ 3-3 ਕੁਇੰਟਲ ਮੈਨੂੰ ਲੱਗਦਾ 3.5-3 ਕੁਇੰਟਲ ਟੈਰਾਂ 7 ਕੁਇੰਟਲ ਦੋਨਾਂ 'ਚ ਭਾਰ ਹੋ ਗਿਆ ਵੱਧ ਠੀਕ ਆ ਪਾਣੀ ਦਾ ਹੀ ਉਹ ਫਿਰ 7 ਕੁਇੰਟਲ ਨਾਲ ਟਾਇਰ ਜਦੋਂ ਜੰਮ ਕੇ ਚੱਲਦਾ ਰੋਡ 'ਤੇ ਘਸਦਾ ਬਹੁਤ ਆ ਆਹ ਲਫਿਆ ਵੀ ਆ ਟਾਇਰ ਲਿਫਿਆ ਚੈੱਕ ਕਰੋ ਜਾਦਾ ਕੱਦੂ ਕੀਤਾ ਆ ਜਿਆਦਾ ਕੱਦੂ ਕੀਤਾ ਇੱਦਾਂ ਹੀ ਖੜਾ ਆ ਹੁਣ ਇਹਦੇ ਅੱਜ ਬੈਰਿੰਗ ਬੂਰਿੰਗ ਬਦਲਾਂਗੇ ਸ਼ਾਮ ਨੂੰ ਜੇ ਨਾ ਬਦਲੀਏ ਫਿਰ ਉਹ ਮਿੱਟੀ ਨਾ ਬੈਰਿੰਗ ਖਰਾਬ ਹੋ ਗਈ ਅਗਲੇ ਸਾਲ ਨਵੇਂ ਹੀ ਪਾਉਣੇ ਪੈਣੇ ਆ ਹੁਣੇ ਹੀ ਆਪਾਂ ਬਦਲ ਕੇ ਖੜਾ ਕਰ ਦੇਣਾ ਇਹਨੂੰ ਅਗਲੇ ਸਾਲ ਫਿਰ ਰੈਡੀ ਹੋਊਗਾ ਚੱਕ ਕੇ ਕੱਦੂ ਖੜਾ ਠੀਕ ਹੈ ਜੀ ਮੋਰਲੇ ਟਾਇਰ ਵੀ ਸਾਫ਼ ਕਰਾਉਣੇ ਆ ਚੱਲ ਫਿਰ ਮੋੜਦਾ ਇਹਨੂੰ ਇੱਦਾਂ ਗਰੀਸ ਮਾਰ ਕੇ ਦੇਖ ਲੈਣੀ ਜੇ ਤਾਂ ਗਰੀਸ ਸਾਫ਼ ਨਿਕਲੀ ਫਿਰ ਤਾਂ ਖੋਲ੍ਹਣ ਦੀ ਲੋੜ ਨਹੀਂ ਟਾਇਰ ਜੇ ਗਰੀਸ ਨਿਕਲੀ ਗੰਦੀ ਫੇ ਆਪਾਂ ਨੂੰ ਖੋਲ੍ਹ ਕੇ ਗਾਰਾ ਕੱਢ ਕੇ ਗਰੀਸ ਦੁਬਾਰਾ ਸੀਨਾ ਸੂਲਾਂ ਨਵੀਆਂ ਪਾਵਾਂਗੇ ਚਲੋ ਪਹਿਲਾਂ ਪਾਣੀ ਕੱਢੀਏ ਟਾਇਰਾਂ 'ਚੋਂ ਖੜੇ ਮੋੜ ਮਾੜਾ ਜਿਹਾ ਇਹਨੂੰ ਸਟਾਰਟਿੰਗ ਚੈੱਕ ਕਰਾਉਣੇ ਸਟਾਰਟਿੰਗ ਐਨ ਫੁੱਕ ਕੇ ਆ ਸਿਰਫ ਦਾ ਕੰਮ ਕਰਾਇਆ ਆ ਅਤੇ ਰਾਹ ਵੀ ਬਣ ਜਾਣਾ ਕਹਿੰਦੇ ਇੱਟਾਂ ਆ ਗਈਆਂ ਆ ਇੱਟਾਂ ਤੈਨੂੰ ਚੈੱਕ ਕਰਾਉਣੇ ਆ ਚੈੱਕ ਕਰਿਓ ਸਹੀ ਆ ਕਿ ਨਹੀਂ ਆਹ ਗੇਟ ਬਣਿਆ ਜੀ ਆਪਣਾ ਨਵਾਂ ਪਿੰਡ ਦਾ ਇੱਟਾਂ ਆ ਗਈਆਂ ਥੋੜੀਆਂ ਆਈਆਂ ਉਦਾਂ ਦਾ ਹਲੇ ਆਊਗੀਆਂ ਚਲੋ ਬਣ ਜਾਣਾ ਸਾਰਾ ਰਾਹ ਆਪਣਾ ਵਾਲਾ ਭੰਗ ਬੜੀ ਹੋਈ ਆ ਪਾਣੀ ਬਹੁਤ ਖੜਾ ਆ ਅਤੇ ਇੱਧਰ ਨੂੰ ਲਾ ਦਿੰਦਾ ਕਹਿੰਦੇ ਇਹ ਪਾਣੀ ਨਿਕਲੂਗਾ ਕੀ ਕਰਦਾ ਮਾੜਾ ਜਿਹਾ ਇੱਧਰ ਨੂੰ ਕਹਿੰਦੇ ਪਾਣੀ ਨਿਕਲੇਗਾ ਗਰਾਊਂਡ 'ਚ ਤਾਂ ਅੱਗੇ ਬਹੁਤ ਪਾਣੀ ਆ ਲੋ ਜੀ ਇਸ ਤਰ੍ਹਾਂ ਹੈ ਉਹ ਵੀ ਖੋਲਦੀ ਹੈ
बहुत थोड़ा प्रेशर अल पर बन तो ओदा हुण जां तां ही पहलां जाणा जां जिथों मिट्टी भरनी आ टक तों मीह पै जांदा आ उह फिर ट्राली भरनी हुंदी हुण देखदे आ हुण कहिंदे आ जो चल पऊगा शायद इत्थे मियों वाले लागे उत्थे बन ਤੇ ਉਦਾਂ ਹੁਣ ਖਬਰ ਆਈ ਆ ਕਿ ਬੰਨ ਵੀ ਪੂਰਾ ਹੋ ਗਿਆ ਦੇਖਦੇ ਆ ਹੁਣ ਉੱਥੇ ਫੋਨ ਕਰਕੇ ਬੰਦਿਆਂ ਤੋਂ ਪੁੱਛਦੇ ਆ ਜੇ ਤਾਂ ਮਿੱਟੀ ਦੀ ਲੋੜ ਆ ਠੀਕ ਤਾਂ ਜ਼ਰੂਰ ਜਾਵਾਂਗੇ ਤਾਂ ਫਿਰ ਪਾਣੀ ਕੱਢ ਦਈਏ ਇੱਕ ਟਾਇਰਾਂ ਦੀ ਘਸਾਈ ਬਹੁਤ ਹੁੰਦੀ ਧਾਰਨਾ ਤਾਂ ਫਿਰ ਹੁਣ ਲੱਗੇ ਸੀ ਕੱਢਣ ਇੱਕ ਟੂਬ ਦਾ ਵੀ ਖਤਰਾ ਟੂਟੀ ਟਾਟੀ ਨਾ ਪੱਟ ਹੋ ਜਾਵੇ ਜਾਂ ਪਿੱਛੇ ਐਨ ਵਿਊ ਇਦਾਂ ਲੱਗ ਰਿਹਾ ਜਿੱਦਾਂ ਗੋਲਫ 'ਚ ਨਹੀਂ ਗਰਾਊਂਡ 'ਚ ਨਹੀਂ ਆਏ ਹੁੰਦੇ ਇੱਦਾਂ ਲੱਗ ਰਿਹਾ ਆ ਇਸ ਦਾ ਕੁਝ ਕਾਰਨ ਪਤਾ ਕਿਉਂ ਇੱਦਾਂ ਗ੍ਰੀਨ ਹੋ ਗਿਆ ਪਾਣੀ ਇਹਦੇ ਬਾਰੇ ਇਹਦਾ ਭਾਈ ਤੁਸੀਂ ਦੱਸ ਸਕਦੇ ਹੋ ਅਸੀਂ ਇਹਦੇ 'ਚ ਕੀ ਦੱਸ ਸਕਦੇ ਹਾਂ ਅਸੀਂ ਤੁਹਾਡੇ ਇੰਟਰਵਿਊ ਕਰਨ ਆਏ ਹਾਂ ਤੁਸੀਂ ਦੱਸੋ ਸਾਨੂੰ ਇੱਥੇ ਵਧੀਆ ਬਣਦੀ ਹੈ ਚੜਿਆ ਸੀਗਾ ਜੀ ਕਹਿੰਦਾ ਪਾਣੀ ਵੱਜੂਗਾ ਬਣੀ ਨਹੀਂ ਗੱਲ ਜੀ ਪਰ ਥੋੜ੍ਹਾ ਜਿਹਾ ਪ੍ਰੈਸ਼ਰ ਆ ਇੱਧਰ ਆ ਦੇਖੀਏ ਇੱਕ ਵਾਰੀ ਕਿੱਥੇ ਕਰਾ ਤੇ ਨਾ ਇੱਕ ਸਾਈਡ ਵਾਲਾ ਜ਼ਿਆਦਾ ਹੋਊ ਨਹੀਂ ਕਿਉਂ ਇਹ ਕੀ ਚੱਕਰ ਹੈ ਕਦਰ ਦੂਜੀ ਦੇਰ ਧਾਰਾਂ ਚੱਲਦੀਆਂ ਜਾਂਦੇ ਲੋ ਜੀ ਕਹਿੰਦੇ ਅੰਦਰ ਵਾੜਨਾ ਟਰੈਕਟਰ ਐਦੇ ਵਾੜਨਾ ਕਹਿੰਦੇ ਪਤਕਾਰੀਆਂ ਪੈਂਦੀਆਂ ਜਾਊ ਕਹਿੰਦੇ ਘਟ ਗਿਆ ਦੱਸੀ ਫਿਰ ਕੀ ਕਹਿੰਦਾ ਹੈਗਾ ਕੀ ਕਹਿੰਦਾ ਹੈਗਾ ਪਾਣੀ ਕਿੱਦਾਂ ਭਰ ਗਿਆ ਦੱਸੀ ਕਿੱਦਾਂ ਭਰ ਗਿਆ ਬਾਈ ਕਹਿੰਦਾ ਪਾਣੀ ਕਿੱਦਾਂ ਭਰ ਗਿਆ ਟਾਇਰ ਦੇ ਵਿੱਚ ਮੈਂ ਬਾਈ ਨੂੰ ਦੱਸਿਆ ਵੀ ਕੱਦੂ ਦੇ ਵਿੱਚ ਟਰੈਕਟਰ ਗਿਆ ਟੁੱਟੀ ਪੱਟ ਹੋ ਗਈ ਟੁੱਟੀ ਪੱਟ ਹੋ ਗਈ ਵੀ ਇਹਦੇ ਕਰਕੇ ਹੁਣ ਬਾਈ ਧੱਕਾ ਹੋ ਗਿਆ ਹੁਣ ਪਾਣੀ ਕੱਢਾ ਗਿਆ ਪਾਣੀ ਵੀ ਫਿਲਟਰ ਕਿੱਦਾਂ ਹੋ ਗਿਆ ਇਹ ਚਿੱਟਾ ਪਾਣੀ ਵੀ ਐ ਬਿਲਕੁਲ ਸਾਫ ਆ ਕਹਿੰਦੇ ਟਿਊਬਲੈਸ ਟਾਇਰਾਂ ਦੇ ਵਿੱਚ ਪਾਣੀ ਵੜ ਗਿਆ ਹੁਣ ਪਾਣੀ ਕੱਢਾਂਗੇ ਤਾਂ ਹੁਣ ਹਵਾ ਭਰ ਗਿਆ ਬਾਈ ਧੱਕਾ ਕਰੀ ਜਾਂਦੇ ਬਾਈ ਪ੍ਰੈਸ਼ਰ ਨਹੀਂ ਬਣ ਰਿਹਾ ਕਹਿੰਦੇ ਬਣਾਉਣ ਦੀ ਕੋਸ਼ਿਸ਼ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਹੁਣ ਹਵਾ ਭਰ ਕੇ ਅਸੀਂ ਛੱਡਦੇ ਹਾਂ ਫਿਰ ਦੇਖਿਓ ਨਿਕਲਦਾ ਪਰ ਇਹ ਹੋ ਜਾ ਭਰਾਵਾ ਉਹ ਨਾ ਚੜਾ ਦੇ ਉੱਤੇ ਹੋਰ ਕੋਈ ਗੱਲਬਾਤ ਬਸ ਕਰੋ ਬਣਾਉਣ ਛੱਡ ਦੋ ਦੇਖੋ ਤਾਂ ਮਾਰਾ ਛਾਕਾ ਮਾਰਾ ਜਾ ਸਕਦਾ ਲੇਕਿਨ ਪਕੜਾ ਨਹੀਂ ਜਾ ਸਕਦਾ ਪਕੜਾ ਜਾ ਸਕਦਾ ਬਣਿਆ ਬਣਿਆ ਬਣਿਆ
ਬਣ ਗਿਆ ਪ੍ਰੈਸ਼ਰ ਉੱਥੇ ਲੱਗਾ ਕਿਸੇ ਨਾਲ ਮਾਮਾ ਕਿਸੇ ਨਾਲ ਕਿਸੇ ਨਾਲ ਆ ਗਿਆ ਇਹ ਬਸ ਕਿਸਕਾ ਫੈਨ ਹੈ ਜੀ ਇਹ ਬਾਲ ਉਹਦੇ ਕਰ ਆਪ ਕਿਸਕੇ ਫੈਨ ਹੋ ਕਿਸੇ ਦਾ ਤਾਂ ਹੋਣਾ ਚਾਹੀਏ निकली जान पिया हूं तो फर्क पहला मुडे धार सुटन लग पे पानी भरे सारा गिला ही निकलिया है एक महीना हो गया कहते गिला ही निकलिया पानी निकल गया परे लवली कॉलेज छुट्टी होगी ना रोकी रात जैसन भी आया स्कूल अज रहन दे चीका मान लो लो जी कहते आप ही चक लिया एक बार भरावा इदा ही मैं स्कूले चला है एक साइकिल पेंचर सी दूए का मैं बाल कढ़न चलिया हवा भरी सी बाल ही उड़ गया भरावा लभे ही नहीं मुड़ के घरों चपेड़िया पई लग चल चपेड़िया छोटे चपेड़िया पी समोसियां नहीं नहीं न्याण तो चपेड़िया पा हों यार क्यों हो रहा है जेंडर चेंज हो जा रहे ਕੌਲੀ ਕਰ ਲਾ ਮੈਂ ਤਾਂ ਬਾਈ ਪਰ ਚਲਾਉਣਾ ਮਾੜਾ ਜਿਹਾ ਸਾਰਾ ਪਾਣੀ ਚੱਕ ਹਾਂ ਦੇਖਦੇ ਹਾਂ ਨਹੀਂ ਪਰ ਉਹ ਨਹੀਂ ਉਧਰੋਂ ਮੋਟਰਸਾਈਕਲ ਦੇਖਦੇ ਹਾਂ ਫਿਰ ਪਾਣੀ ਹੁਣ ਚੈੱਕ ਕਰਦੇ ਹਾਂ ਆਏ ਨਹੀਂ ਮੁੜ ਕੇ ਦੂਸਰੀ ਕੱਪ ਚੋਂ ਕਿਹੜਾ ਯਾਦਾਂ ਕੀ ਹੋਇਆ ਮੈਂ ਇੱਥੇ ਮਿੱਟੀ ਮੈਂ ਨਹੀਂ ਡਬਈ ਨੀ ਫੋਰਡ ਲੈਣ ਚਲ ਗਿਆ ਕਹਿੰਦਾ ਮਾੜਾ ਜਿਹਾ ਹੀ ਐ ਕਰੀ ਮੈਂ ਕਿਹਾ ਠੀਕ ਆ ਨੌ ਵਜੇ ਗਿਆ ਗਿਆਰਾਂ ਵਜੇ ਗਿਆ ਸਟਾਰਟ ਨਹੀਂ ਹੋਇਆ ਧੱਕਾ ਲੈ ਨਹੀਂ ਡਬਈ ਨੀ ਜਾ ਗਾਲਾਂ ਕੱਢੀ ਜਾਵੇ ਕੋਕੀ ਨੂੰ ਕਹਿੰਦਾ ਤੁਸੀਂ ਕੁੜੀ ਕਹਿੰਦੇ ਨੇ ਸਾਨੂੰ ਸੋਲਾਂ ਵਾਲੀ ਚਾਹੀਦੀ ਆ ਪੇ ਤੁਹਾਡਾ ਸਟਾਰਟ ਨਹੀਂ ਹੁੰਦਾ ਪਾਪਾ ਮੈਂ ਕੀ ਕਹਦਾ ਮੈਂ ਕਹਿੰਦਾ ਕਦੇ ਰੇਸ ਐ ਹੋ ਜਾਂਦੀ ਕਦੇ ਐ ਗੇਅਰ ਪਾਇਆ ਲੀਵਰ ਹੱਥ ਜਾ ਗਿਆ ਨਹੀਂ ਡਬਈ ਚ ਨਹੀਂ ਜਾਣਾ ਨਹੀਂ 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 ਇੱਥੇ ਮਜ਼ਾ ਇੱਥੇ ਵਧੀਆ ਨਹੀਂ ਸੁੱਚੇ ਯਾਰ ਬਾਰੇ ਦੱਸ ਮੈਂ ਵੀਡੀਓ ਦੇਖਦਾ ਆਪਣੀ ਹੈ ਜਿੰਨੇ ਕਮਾਇਆ ਉਡਾਇਆ ਹੁਣ ਟਿਕਟ ਜੋਗੇ ਕਰਦਾ ਸੀ ਕਹਿੰਦਾ ਜਦੋਂ ਮੌਣਾ ਬਸ ਇਹ ਜਿਗਰੇ ਨਹੀਂ ਦੇ ਹੁੰਦੇ ਆ ਕਿੰਨੀਆਂ ਕਿੰਨੇ ਸਾਰੇ ਘੰਟ ਭਾਈ ਮੇਰਾ ਖਾਲੀ ਹੈ ਨਾ ਇੱਧਰ ਲਾ ਤਾਂ ਨਹੀਂ ਸੁੱਚੇ ਯਾਰ ਡੈਡੂ ਬਣਾਉਣਾ ਨੀ ਫੇ ਮੇਰਾ
ਤੈਨੂੰ ਵਿੱਚ ਖਾਪਾ ਤੇ ਲੋ ਜੀ ਭੂੰਬੜੇ ਨਿਕਲਣ ਲੱਗ ਪਏ ਇੱਧਰ ਨੂੰ ਜੱਜਾ ਕਲਾਂ ਘੰਟਾ ਲਾ ਜਾਂਦਾ ਇੱਕ ਟਾਇਰ 'ਚ ਪਾਣੀ ਪ੍ਰੈਸ਼ਰ ਵੱਧ ਗਿਆ ਕਹਿੰਦੇ ਇਹ ਕਾਰਨ ਪਾਣੀ ਪੈ ਗਿਆ ਜੀ ਦੇਖੋ ਖੁੱਲੇ ਦਾ ਸਹੀ ਯਾਰ ਲਓ ਵੀ ਘੱਗਰ ਦਰਿਆ ਦੇ ਕਹਿੰਦੇ ਦੋ ਗੇਟ ਖੋਲਣ ਲੱਗੇ ਆ ਸ਼ੇਰ ਹੋਣੀ ਉਸਤਾਦ ਜੀ ਮੂਹਰੇ ਹੋਏ ਆ ਉਸਤਾਦ ਜੀ ਹੁਣ ਦੇਖੋ ਕੀ ਕਰਦੇ ਆ ਪੁਲਿਸ ਆ ਗਈ ਪੁਲਿਸ ਘੱਗਰ ਦਰਿਆ ਦੇ ਦੋ ਗੇਟ ਖੋਲਣ ਲੱਗੇ ਆ ਮੇਰੇ ਵੀ ਟਰੈਕਟਰ ਲੈ ਕੇ ਪਹੁੰਚ ਚੁੱਕੇ ਆ ਜੋਟੀਆਂ ਨਾਲ ਬੰਨ ਜ਼ਬਰਦਸਤ ਇਹ ਕਹਿੰਦੇ ਪਲਾਸ ਨਾਲ ਲਾਇਆ ਹੋਇਆ ਤਾਰ ਪਾ ਕੇ ਕੁੰਡੀ ਮਰੋੜੀ ਪਾ ਕੇ ਲਾਇਆ ਹੋਇਆ ਬੰਨ ਕਹਿੰਦੇ ਲੱਗਦਾ ਜ਼ਿਆਦਾ ਡੂੰਘਾ ਚੱਲ ਗਿਆ ਜਿਹੜੀ ਮਰੋੜੀ ਆ ਨਹੀਂ ਰਹੀ ਇਹ ਲਿਆਈ ਬਚਾ ਹੋ ਗਿਆ ਲਓ ਜੀ ਇਹ ਜੀ ਦੋ ਗੇਟ ਖੋਲ ਦਿੱਤੇ ਸੱਤ ਲੋ ਦਰਿਆ ਦੇ ਮੇਰਾ ਵੀਰੋ ਇਹ ਪਿੰਡ ਵਾਲਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਜਿਹਨਾਂ ਦੇ ਘਰ ਦੇ ਮੋਦੀ ਨਹਿਰ ਜਾਰੀ ਆਪੋ ਆਪਣੇ ਭਾਂਡੇ ਜਾ ਕੇ ਕਿਤੇ ਵੀ ਜਾ ਸਕਦੇ ਖੁੱਲਾ ਸੱਦਾ ਲਓ ਜੀ ਹੁਣ ਤੀਜਾ ਗੇਟਾ ਹੋਰ ਖੋਲੂਗੇ ਇੱਕ ਗੇਟਾ ਇਹ ਐ ਲੈ ਬਾਹ ਪਾਉਣੀ ਮੈਂ ਵਿੱਚ ਬੰਦਾ ਕਹਿੰਦਾ ਜਦੋਂ ਭੱਜ ਜਾਂਦਾ ਫਿਰ ਮੂਹਰੇ ਜਾ ਕੇ ਕੰਧ ਹੀ ਨਾ ਵੱਜੇ ਸਿੱਧਾ ਆਹੋ ਪੁਲਿਸ ਗੇੜੇ ਮਾਰਦੀ ਆ ਹੱਡੂ ਮੇਰਾ ਵੀਰੇ ਤੇ ਮੇਰਾ ਸ਼ਾਕਾ ਵੀ ਆਪਣੇ ਦਲੀਏ ਦਾ ਲੰਗਰ ਲੈ ਕੇ ਪਹੁੰਚ ਚੁੱਕਾ ਹੈ ਪਿੰਡ ਜੱਜਾ ਕਲਾਂ ਲੱਗੇ ਕਹਿੰਦਾ ਮੀਂਹ ਨਹੀਂ ਪੈਂਦਾ ਆ ਦੇ ਰਾਣੀ ਦਾ ਕੱਚਾ ਹਾਏ ਹਾਊ ਆਰ ਯੂ ਆਪ ਕੈਸੀ ਹੋ ਇਹ ਲਾਣੀ ਹੈ ਇਹ ਸ਼ੁਰੂ ਤਾਂ ਹਾਏ ਹਾਊ ਆਰ ਯੂ ਸ਼ੇਰ ਸੁਣਾ ਦੇ ਇੱਕ ਅੱਧਾ ਆਉਣ ਦੇ ਆਮਦ ਹੋਈ ਆ ਕਿਹਨੂੰ ਰੋਜ਼ ਆਉਂਦੀ ਬਸ ਪੁਲਿਸ ਭਰਤੀ ਤੂੰ ਵੀ ਹੋਇਆ ਫੇ ਮੈਂ ਹੋਇਆ ਸੀ ਬੰਦੂਕੇ ਨੀ ਦਿੱਤੀ ਪਾਣੀ ਗਿੱਲਾ ਗਿੱਲਾ ਪਾਣੀ ਕਹਿੰਦੇ ਪ੍ਰੈਸ਼ਰ ਹੋ ਗਿਆ ਜ਼ਿਆਦਾ ਹੁਣ ਕੱਪੜਾ ਰੱਖਿਆ ਵਾ ਇੱਕ ਯਾਰ ਮੁੰਡਾ ਗੱਡੀ ਦੇ ਵਿੱਚ ਬੈਠਾ ਹੁੰਦਾ ਵਾ ਸਾਰਿਆਂ ਨੇ ਸ਼ੇਰਾਂ ਦੀਆਂ ਲੈਂਦਾ ਹੀ ਲਾਉਂਦਾ ਉਹ ਮੁੰਡਾ ਸਾਡੇ ਕੋਲ ਡੁਬਈ ਹੁੰਦਾ ਸੀ ਬੱਚਾ ਗੁਰੀ ਉਹਦਾ ਨਾਂ ਸੀ ਬੜੀ ਸ਼ੇਰਾਂ ਲਾਉਂਦਾ ਬੰਦਾ ਪਹੁੰਚ ਗਿਆ ਜੀ ਨਵੇਂ ਬੰਦੇ ਸੱਜਣ ਜੁੜੇ ਦੇ ਨਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹਰਮਨ ਬਲੌਗਿੰਗ ਵਾਲੇ ਆ ਗਏ ਹਰਮਨ ਸੰਧੂ ਬਲੌਗ ਹਰਮਨ ਸੰਧੂ ਬਲੌਗਸ ਪ੍ਰੋਮੋਸ਼ਨ ਵੀ ਵਿੱਚ ਨਹੀਂ ਕਰਨਾ ਬੋਲਾਂ ਤੇ ਯਾਰ ਅੱਗੇ ਤੇ 133 ਹੈ ਇਕੱਲੇ ਸਬਸਕ੍ਰਾਈਬਰ ਬੋਲਾਂ ਤੇ ਸਾਡੇ ਤਾਂ ਭਰਾ ਤੇ ਤੋਂ ਵੀ ਘਟਿਆ ਹੁਣ ਵੱਜ ਜਾਣੇ ਆ ਬਲੌਗ ਸਾਡੇ ਔਖਾ ਆ ਨਹੀਂ ਤੁਹਾਡੇ ਪਿੰਡ ਦੇ ਵੀ ਹੈਗੇ ਆ ਛੋੜੋ ਰੇਂਜਰ ਆ
ਸਾਡੇ ਘਰ ਅੰਮ੍ਰਿਤ ਧਾਰਨਾ ਲੱਗਾ ਪ੍ਰੈਸ਼ਰ ਤੇ ਹੋ ਟੋਪੀ ਖੋਲਦੀ ਉਧਰ ਭਰਾਵਾ ਅੱਜ ਨੂੰ ਪਤਾ ਨਹੀਂ ਲੱਗਦਾ ਵਿੱਚ ਵੀ ਲੰਘੀ ਜਾਣ ਪਾਣੀ ਬਾਅਦ ਚ ਉੱਥੇ ਵੀ ਜਾ ਜਾਣਾ ਹਾਂ ਜੀ ਮੂੰਹ ਮੰਨ ਲਓ ਇਹਦੇ ਵਿੱਚ ਪ੍ਰੈਸ਼ਰ ਘੱਟ ਹੋ ਗਿਆ ਜੇ ਕੋਈ ਕਹਿੰਦਾ ਭੱਜ ਨਾ ਸਕਾ ਹੋਰ ਕਾ ਜਾ ਮਾਰ ਸਾਈਡ ਨੂੰ ਆ ਲਓ ਪਜਾਰੀਆਂ ਦੇ ਲੱਗੇ ਤੁਸੀਂ ਬਹੁਤ ਕਾਹਲੀ ਕਰਦੇ ਬੰਦਾ ਹਿਸਾਬ ਨਾਲ ਚਲਾਵੇ ਉਹ ਭੈਣ ਦੇ ਢਾਈ ਘੰਟੇ ਲੱਗ ਜਾਣੇ ਟੂਟੀ ਕਿਤੇ ਉੱਧੇ ਪੈ ਜਾਣੀ ਹੈ ਬੰਦਾ ਹੌਲੀ ਚਲਾ ਲਵੇ ਸਬਰ ਰੱਖੇ ਥੋੜ੍ਹਾ ਜਿਹਾ ਉੱਠੇ ਕੰਮ ਤਾਂ ਕਰਦੇ ਮਾਮਾ ਤੁਸੀਂ ਵੀਡੀਓ ਬਣਾਉਣ ਦੇ ਚੱਕਰ ਹੈ ਜਾਂ ਟੂਟੀ 'ਚ ਪੱਟ ਕੇ ਪਾਣੀ ਪਵਾ ਲਿਆ ਹੈ ਆਹੀ ਚੁਕਾਉਂਦਾ ਸੀ ਯਾਰ ਜਾਣ ਜਾਣ ਕੇ ਆਹ ਚੁਕਾਉਂਦਾ ਸੀ ਅੰਕਲ ਜਾਣ ਜਾਣ ਵੀਡੀਓ ਬਣਾਉ ਟੂਟੀ ਦੇਖੀ ਹੈ ਨੀ ਮੁੜ ਕੇ ਪਾਣੀ ਮਿੱਟੀ ਭਰੀ ਸੀ ਚਲੋ ਜੀ ਘੁਮਾ ਕੇ ਉਹ ਮਾਰਿਓ ਪਤਾ ਹੀ ਬਾਅਦ 'ਚ ਲੱਗ ਜਾਓ ਪਚਕਾ ਡਰਾਈਵਰੀ ਕਰੋ ਹਿਸਾਬ ਨਾਲ ਕਰੋ ਡਰਾਈਵਰੀ ਕਰੋ ਹਿਸਾਬ ਨਾਲ ਕਰੋ ਮਸ਼ੀਨਰੀ ਨਾਲ ਧੱਕਾ ਨਾ ਕਰੋ ਧੱਕਾ ਨਾ ਬਾਈ ਧੱਕਾ ਨਹੀਂ ਕਰਨਾ ਬਾਈ ਧੱਕਾ ਨਹੀਂ ਕਰਨਾ ਉਹ ਵੀ ਇੱਕ ਦਿਨ ਏਦਾਂ ਨੀ ਕਰ ਲਿਆ ਉਹ ਵੀ ਮਸ਼ੀਨ ਸਹੀ ਕੀਤਾ ਹਾਲ ਲੱਗਾ ਸਵੇਰ ਦਾ ਜੇ ਚੰਦ ਚੜ ਲਿਆ ਸਮਝ ਨੀ ਆਉਂਦੇ ਤੁਸੀਂ ਟਰੈਕਟਰ ਕੱਦੂ ਕਰਨ ਲੈ ਕੇ ਜਾਂਦੇ ਕਿ ਪਾਣੀ ਪਾਉਣ ਲੈ ਕੇ ਜਾਂਦੇ ਉਹ ਦੇਖ ਤਾਂ ਕਦਾ ਪੱਦ ਜਿਹਾ ਮਰੀ ਜਾਂਦਾ ਪਾਣੀ ਬੁੜੀ ਹੈ ਤੂੰ ਉਹ ਦੇਖ ਧਾਲੀਆਂ ਹੀ ਆ ਰੱਗ ਰੱਗ ਮਾਰ ਦੀ ਹੈ ਕੁੜੀ ਇਹਦਾ ਲੈ ਆਹੋ ਲੱਗਦਾ ਰੁਕ ਜਿਹਾ ਹੁਸਨੇ ਨੂੰ ਸੱਦੀਏ ਨਹੀਂ ਤਾਂ ਉਹ ਠੀਕ ਕਰਦੇ ਨੀ ਹੁਣ ਕਾਲਜ ਵੀ ਜਾਂਦੀ ਕਾਲਜ ਜਾਂਦਾ ਜੀ ਇਹ ਕਾਲਜ
ਮੈਂ ਹਲੇ ਪਲੱਸ 2 ਜੀ ਆ ਜਾਣਾ ਯਾਰ ਤੂੰ ਦੇਖਿਆ ਤਾਂ ਹੁੰਦਾ ਕਾਲਜ ਜਾਂਦਾ ਜਾਈਦਾ ਕਦੇ ਕਦੇ ਤੂੰ ਬੜਾ ਰੋਜ਼ ਜਾਂਦਾ ਮਾਮਾ ਐਤਵਾਰ ਛੱਡ ਕੇ ਬਾਕੀ ਕਿਹਦੇ ਦਿਨ ਜਾਂਦਾ ਐਤਵਾਰ ਨੂੰ ਸਕੂਲ ਲੈ ਜਾਂਦਾ ਕਹਿੰਦਾ ਐਤਵਾਰ ਨੂੰ ਸਕੂਲ ਖੜਦੇ ਪਰ ਵਾਜਾ ਮਾਰਦੀ ਜਾਓ ਅਮਰੀਕ ਸਿੰਘ ਭਾਊ ਦੇ ਬਣਾਉਣਾ ਕਹਿੰਦਾ ਚਮਕੀਲੇ ਦੀ ਫੋਟੋ ਬਣਾਉਣੀ ਆ ਹਾਥੀ ਤੇ ਬਣਾਉਣੀ ਕਹਿੰਦੇ ਗੱਭਰੂ ਕਹਿੰਦਾ ਪਾਕੀਆਂ ਵਿੱਚ ਦੂਈ ਡਿਵਿਓ ਹਾਂ ਮੈਂ ਜੋ ਜੁੱਤੀਆਂ ਵੱਟੀਆਂ ਨਾ ਹੋਣ ਕੁੜੀ ਹਾਂ ਨੋੜੇ ਜੀ ਨਹੀਂ ਤੇ ਸੀ ਗੋਲੀਆਂ ਬਾਈ ਦੇਖੀਆਂ ਆਹ ਉਹ ਭਾਜੀ ਉਹਨਾਂ ਟਾਈਮ ਦੇ ਬਾਈ ਗੱਡੀ 'ਚ ਉਤਰੇ ਸੀ ਹਨਾ ਉੱਤੇ ਕਰਦਾ ਹੀ ਹੁੰਦਾ ਮਾਨਕੂ ਕਰਦਾ ਸੀ ਨਾ ਹਾਂ ਗੱਡੀ 'ਚ ਉਤਰੇ ਸੀ ਹਲੇ ਨਾ ਜੀ ਬੜਿਆ ਨੀ ਪੈਂਤੀ ਕੁੜੀਆਂ ਦੇਖੀਆਂ ਸੌਰੀ ਮਿੱਤਰ ਹਵਾ ਭਰਾਣੀ ਆ ਤੁਸੀਂ ਦੇਖ ਹੀ ਲਿਆ ਤਾਂ ਆਪਾਂ ਹੁਣ ਅਗਲੇ ਬਲੌਗ 'ਚ ਮਿਲਦੇ ਹਾਂ ਸਾਰੇ ਮੇਰੇ ਵੀਰ ਠੀਕ ਰਹੋ ਅਤੇ ਆਈ ਫਲੂ ਬਹੁਤ ਫੈਲਿਆ ਹੋਇਆ ਆ ਬੰਦ ਗੱਲ ਇੱਕ ਵਾਰ ਉਹ ਤੋਂ ਬਚ ਕੇ ਰਹੋ ਬਾਕੀ ਤੂੰ ਵੀ ਬਾਈ ਕਹਿ ਦੇ ਬਾਏ ਸਾਰਿਆਂ ਨੂੰ ਚੱਜ ਨਾ ਯਾਰ ਆਪਣੇ ਫੈਨਸ ਆ ਇੱਦਾਂ ਰੁੱਸ ਜਾਣਗੇ ਇੱਦਾਂ ਨਹੀਂ ਕਹੀਦਾ ਹੁੰਦਾ ਇਹਦੇ ਵੱਲੋਂ ਮੈਂ ਮਾਫ਼ੀ ਮੰਗਦਾ ਅਤੇ ਸਾਰਿਆਂ ਨੂੰ ਗੁੱਡ ਬਾਏ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਅਤੇ ਅਗਲੇ ਬਲੌਗ ਦਾ ਵੇਟ ਕਰੋ ਛੇਤੀ ਸਿੱਟਾਂਗੇ ਚੰਗਾ ਜੀ ਅਗਲੀ ਵਾਰੀ